ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਚਿੰਤਾਜਨਕ ਨਵੀਂ ਸਟੱਡੀ ਜਿਹੜੀ ਉਹ ਪੇਸ਼ ਕੀਤੀ ਗਈ ਆ ਅਮਰੀਕਾ ਦੇ ਜਲਵਾਯੂ ਨੂੰ ਲੈ ਕੇ ਕਲਾਈਮੇਟ ਜਿਹੜੇ ਆ ਉਸ ਨੂੰ ਲੈ ਕੇ ਇਹ ਜਿਹੜੀ ਨਵੀਂ ਸਟੱਡੀ ਆ ਉਸ ਦੇ ਤਹਿਤ ਇਹ ਮੰਨਿਆ ਜਾ ਰਿਹਾ ਵੀ ਟੈਕਸਸ ਤੋਂ ਲੈ ਕੇ ਇਲਿਨੋਇਸ ਤੇ ਵਿਚ ਤੇ ਮਿਡ-वेस्ट ਦੇ ਨਾਲ-ਨਾਲ ਸਦਰਨ ਕੈਲੀਫੋਰਨੀਆ ਅ ਅਰੀਜ਼ੋਨਾ ਇਹ ਜਿਹੜੇ ਇਲਾਕਿਆਂ ਦੇ ਵਿੱਚ ਐਕਸਟ੍ਰੀਮ ਹੀਟ 벨ਟ ਜਿਹੜੀ ਆ ਉਹ ਬਣ ਜਾਵੇਗੀ 2053 ਤੱਕ ਕਹਿੰਦੇ ਵੀ ਤਾਪਮਾਨ ਇੰਨਾ ਖ ਜਿਆਦਾ ਵਧਣ ਦੇ ਜਿਹੜੇ ਅਸਾਰ ਆ ਅਗਲੇ 30 ਸਾਲਾਂ ਦੇ ਵਿੱਚ ਕਹਿੰਦੇ ਨਾਰਮਲ ਗਰਮੀਆਂ 'ਚ 125 ਡਿਗਰੀ ਤੱਕ ਤਾਪਮਾਨ ਜਿਹੜੇ ਆ ਉਹ ਚਲੇ ਜਾਇਆ ਕਰਨਗੇ ਸੋ ਕਲਾਈਮੇਟ ਚੇਂਜ ਦਾ ਪ੍ਰਭਾਵ ਕਹਿੰਦੇ ਆ ਇੰਨਾ ਖ ਜਿਆਦਾ ਭੈੜਾ ਪੈਣ ਵਾਲਾ ਆ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਫਰਸਟ ਸਟਰੀਟ ਫਾਊਂਡੇਸ਼ਨ ਦੇ ਦੁਆਰਾ ਇਹ ਇੱਕ ਐਨਾਲਿਸਿਸ ਕਿਤਾ ਗਿਆ ਜੋ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਤੇ ਭਵਿੱਖ ਦੇ ਵਿੱਚ ਐਕਸਟ੍ਰੀਮ ਹੀਟ ਵੈਂਟਸ ਆ ਉਹਨਾਂ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਲਾਉਂਦੇ ਹੋਏ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਰਿਸਕ ਅਨਾਲਿਸਿਸ ਕਿਤੇ ਗਏ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਜਿਹੜਾ ਨੁਕਸਾਨ ਇਸ ਦੇ ਵਿੱਚ ਆ ਸਕਦਾ ਆ ਸੋ ਕਹਿੰਦੇ ਵੀ ਇਸ ਦੇ ਤਹਿਤ ਅਗਲੇ ਜਿਹੜੇ 30 ਸਾਲਾਂ ਦੇ ਵਿੱਚ ਅਮਰੀਕਾ 'ਚ 107 ਮਿਲੀਅਨ ਲੋਕ ਐਕਸਟ੍ਰੀਮ ਹੀਟ ਕੰਡੀਸ਼ਨਸ ਦੇ ਅਧੀਨ ਜਿਹੜੇ ਉਹ ਆ ਜਾਣਗੇ ਸੋ ਮਿਡ-वेस्ट ਦਾ ਬਹੁਤ ਸਾਰਾ ਜਿਹੜਾ ਇਲਾਕਾ ਆ ਉਥੇ ਇਹ ਜਿਹੜਾ ਤਾਪਮਨ 125 ਡਿਗਰੀ ਤੱਕ ਤੱਕ ਜਿਹੜਾ ਉਹ ਜਾ ਜ ਸਕਦਾ ਹੋਊਗਾ ਸੋ ਇੱਕ ਕਾਫੀ ਚਿੰਤਾਜਨਕ ਜਿਹੜਾ ਹਰਜੋਤ ਸਿੰਘ ਜੀ ਵਿਸ਼ਾ ਆ ਇਹ ਚਿੰਤਾਜਨਕ ਸਥਿਤੀ ਬਣ ਸਕਦੀ ਆ ਰੱਬ ਕਰੇ ਨਾ ਹੋਵੇ ਪਰ ਆਪਾਂ ਸਭ ਜਾਣਦੇ ਹਾਂ ਵੀ ਕੁਦਰਤ ਨਾਲ ਖਲਵਾੜ ਇੰਨਾ ਖਜਾਦਾ ਤਾਂ ਜਿਹੜਾ ਹੋ ਚੁੱਕਾ ਹੈਗਾ ਆ ਵੀ ਇਧਰ ਵੱਲ ਨੂੰ ਗੱਲ ਜਿਹੜੀ ਉਹ ਵਧੀ ਆ ਤਾਪਮਾਨ ਨੂੰ ਲੈ ਕੇ ਅਚਾਨਕ ਹਾਰਡ ਡੈਥ ਵੈਲੀ ਚ ਆਉਣੇ ਹਾਰਡ ਆ ਬੀਤੇ ਹਫਤੇ ਆਪਾਂ ਰਿਪੋਰਟ ਉਹ ਜਿਹੜੀ ਸ਼ੇਅਰ ਕੀਤੀ ਸੀ ਵੀ ਕਿਦਾਂ ਇਹ ਕਈ ਸਾਇੰਸਤਾਨ ਕੋ ਇੱਕ ਬਾਣੀ ਜਿਹੜੀ ਇਹ ਕਰ ਰਹੇ ਆ ਵੀ ਮੈਗਾ ਡਰਾਉਟ ਤੋਂ ਬਾਅਦ ਦੇ ਵਿੱਚ ਮੈਗਾ ਫਲੱਡ ਜਿਹੜੇ ਆ ਉਹ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਨੇ ਸੋ ਇਹ ਸਥਿਤੀਆਂ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਚੇਂਜ ਜਿਹੜੀਆਂ ਉਹ ਹੋ ਰਹੀਆਂ ਨੇ ਸਾਊਥ ਤੇ ਮਿਡ-वेस्ट ਦੇ ਵਿੱਚ ਕਹਿੰਦੇ ਆ ਵੀ ਐਕਸਟ੍ਰੀਮ ਹੀਟ ਕੰਡੀਸ਼ਨਸ ਆਉਣ ਵਾਲੇ 30 ਸਾਲਾਂ ਦੇ ਵਿੱਚ ਉਹਨਾਂ ਨੂੰ ਚਲਣੀਆਂ ਜਿਹੜੀਆਂ ਉਹ ਕਹਿ ਸਕਦੇ ਨੇ ਜੀ ਬਿਲਕੁਲ 125 ਡਿਗਰੀ ਟੈਂਪਰੇਚਰ 2023 53 ਤੱਕ ਤੇ 109 ਮਿਲੀਅਨ ਲੋਕਾਂ ਨੂੰ ਇਹ ਜਿਹੜਾ ਆ ਸੌਰੀ 10 ਮਿਲੀਅਨ ਤੋਂ ਵੱਧ ਲੋਕਾਂ ਨੂੰ ਇਹ ਜੋ ਅਫੈਕਟ ਕਰੂਗਾ ਆਪਾਂ ਤੁਸੀਂ ਕੈਲੀਫੋਰਨੀਆ ਦਾ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਚ ਵੀ ਖਬਰ ਸਾਂਝੀ ਕੀਤੀ ਸੀ ਵੀ ਫਲੱਡ ਆ ਸਕਦੇ ਆ ਉਹ 100 ਸਾਲ ਤੋਂ ਬਾਅਦ ਇੰਨੀ ਵੱਡੀ ਵੀ 100 ਇੰਚ ਤੱਕ ਮੀਂਹ ਪੈ ਸਕਦਾ ਹੈਗਾ ਇਹ ਇੱਕ ਸਾਇੰਟਿਸਟ ਵੱਲੋਂ ਰਿਪੋਰਟ ਆਈ ਹੈਗੀ